रात अराउंड 9:30 बजे एक बड़ी मंदभागी घटना जिहड़ी वापरी उहदा वेरवा देण लई अज प्रेस कॉन्फ्रेंस रखी गई है। परविंदर कौर नाम की 35 तों 40 साल की दरम्यान उम्र की जनानी दुखनिवारा साहब गुरद्वारा साहब दे सरोवर कोले बह के उत्थे शराब का सेवन कर रही सी। छोटा जिहड़ी छोटी शराब की क्वार्टर बोतल हुंदी आ उहदे राही शराब का सेवन कर रही सी। जदों महिला शरदालुआं ने ते होर वेख्या कि ये गुरद्वारा साहब दे सरोवर दे कोले शराब का सेवन कर रही है ते इस गलत काम तो रोकण लई उस जनानी नू महिला शरदालुआं ने ते होर शरदालुआं ने लैके जिहड़े गुरद्वारा साहब दे मैनेजर ने उन्हां कोले जिवें कोई भी शक्की बंदा हुंदा आ शक्की जनानी हुंदी आ उहनू मैनेजर दे कोले ही लैके जाया जांदा है। जदों संगतां इस जनानी नू मैनेजर दे कमरे दे कोले लैके पहुंचियां ते उत्थे निर्मलजीत सिंह सैनी नाम दे एक व्यक्ति ने अपने लाइसेंसी रिवॉल्वर नाल 5 गोलियां जड़ियां ने चलाईयां। उन्हां चों 3 तों 4 गोलियां इस जनानी नू लगियां जिहदी मौके ते मौत हो गई। एक गोली जिहड़ी आ ਉਹ ਸਾਗਰ ਨਾਮ ਦੇ ਉੱਥੇ ਮੌਜੂਦ ਇੱਕ ਹੋਰ ਵਿਅਕਤੀ ਨੂੰ ਵੀ ਲੱਗੀ ਜਿਹੜਾ ਰਜਿੰਦਰਾ ਹਸਪੀਟਲ ਪਟਿਆਲਾ 'ਚ ਖਤਰੇ ਤੋਂ ਬਾਹਰ ਆ ਅਤੇ ਜੀਰੇ ਇਲਾਜ ਆ। ਪਟਿਆਲਾ ਪੁਲਿਸ ਨੇ ਬੜੀ ਸਵਿਫਟ ਐਕਸ਼ਨ ਲੈਂਦੇ ਹੋਏ ਜਿਹੜਾ ਨਿਰਮਲਜੀਤ ਜੀ ਨੇ ਗੋਲੀਆਂ ਚਲਾ ਕੇ ਉਸ ਜਨਾਨੀ ਦਾ ਕਤਲ ਕੀਤਾ ਉਹਨੂੰ ਅਰੈਸਟ ਕਰ ਲਿਆ ਆ ਅਤੇ ਜਿਹੜਾ ਵੈਪਨ ਯੂਜ਼ ਕੀਤਾ ਗਿਆ ਸੀ ਉਹ ਵੀ ਬਰਾਮਦ ਹੋ ਗਿਆ ਹੈ। ਜਿਹੜੀ ਇਹ ਜਨਾਨੀ ਆ ਇਹਦਾ ਅਸੀਂ ਜਦੋਂ ਇਨਵੈਸਟੀਗੇਸ਼ਨ ਕੀਤੀ ਤੇ ਆਧਾਰ ਕਾਰਡ ਤੇ ਜਿਹੜਾ ਇਹਦਾ ਐਡਰੈਸ ਆ ਉਹ ਇੱਕ ਪੀਜੀ ਦਾ ਐਡਰੈਸ ਆ ਜਿੱਥੇ ਹੁਣੇ ਰਹਿ ਨਹੀਂ ਰਹੀ ਆ, ਪਿਛਲੇ 2-3 ਸਾਲਾਂ ਤੋਂ ਉੱਥੋਂ ਮੂਵ ਕਰ ਗਈ ਸੀ। ਇਹਦਾ ਹੁਣ ਤੱਕ ਕੋਈ ਪਰਿਵਾਰ ਜਾਂ ਕੋਈ ਵਾਰਿਸ ਵਗੈਰਾ ਸਾਹਮਣੇ ਨਹੀਂ ਆਇਆ ਆ। ਅਸੀਂ ਇਹਦੇ CDR ਵਗੈਰਾ ਤੇ ਮੋਬਾਈਲ ਫੋਰੈਂਸਿਕ ਵਗੈਰਾ ਕਢਾ ਕੇ ਹੋਰ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ। ਪਰ ਇੱਕ ਗੱਲ ਜਿਹੜੀ ਸਾਹਮਣੇ ਆਈ ਆ, ਸਾਨੂੰ ਇੱਕ ਨਸ਼ਾ ਛੁਡਾਊ ਕੇਂਦਰ ਜਿਹੜਾ ਆ ਆਦਰਸ਼ ਹੋਸਪਿਟਲ ਫੈਕਟਰੀ ਏਰੀਆ ਪਟਿਆਲੇ 'ਚ ਇੱਕ ਡੀ ਐਡਿਕਸ਼ਨ ਸੈਂਟਰ ਆ, ਉੱਥੇ ਦੀ ਸਾਨੂੰ ਇੱਕ ਪਰਚੀ ਮਿਲੀ। ਜਦੋਂ ਉੱਥੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਸਾਨੂੰ ਵੈਰੀਫਾਈ ਹੋਇਆ ਆ ਕਿ ਇਸ ਜਨਾਨੀ ਨੂੰ ਐਲਕੋਹਲ ਐਡਿਕਸ਼ਨ ਸੀਗੀ। ਅਸੀਂ ਉਹਦਾ ਟ੍ਰੀਟਮੈਂਟ ਰਿਕਾਰਡ ਜਿਹੜਾ ਉੱਥੋਂ ਕਢਾਇਆ ਆ ਅਤੇ ਸ਼ੀ ਵਾਜ਼ ਅੰਡਰ ਦੀ ਐਡਿਕਸ਼ਨ ਆਫ ਐਲਕੋਹਲ ਅਤੇ ਡਾਕਟਰ ਨੇ ਹੋਰ ਵੀ ਉਹਦੇ ਬਾਰੇ ਲਿਖਿਆ ਆ ਕਿ ਕਿਵੇਂ ਇਹ ਮੂਡ ਸਵਿੰਗਸ ਹੁੰਦੇ ਸੀ ਇਹਨੂੰ ਜਾਂ ਡਿਪਰੈਸ਼ਨ 'ਚ ਸੀਗੀ ਜਾਂ ਨੈਗੇਟਿਵ ਥੋਟਸ ਆਉਂਦੇ ਆ। ਅਤੇ ਇਹਦੀ ਹੋਰ ਡੂੰਘਾਈ ਨਾਲ ਤਫਤੀਸ਼ ਕਰਾਂਗੇ ਅਤੇ ਜ਼ਾਬਤੇ ਅਨੁਸਾਰ ਕਾਰਵਾਈ ਜਿਹੜੀ ਆ ਉਹ ਅਮਲ 'ਚ ਲੈ ਕੇ ਆਵਾਂਗੇ। ਗੋਲੀ ਚਲਾਈ ਆ ਉਹ ਇੱਕ ਧਾਰਮਿਕ ਪ੍ਰਵਿਰਤੀ ਦਾ ਸ਼ਰਧਾਲੂ ਸੀ ਗੁਰਦੁਆਰਾ ਦੁਖਨਿਵਾਰਾ ਸਾਹਿਬ ਦੀ। ਸਾਰੇ ਪੰਜਾਬ 'ਚ ਸਾਰੀ ਦੁਨੀਆ 'ਚ ਬਹੁਤ ਜ਼ਿਆਦਾ ਧਾਰਮਿਕ ਮਾਨਤਾ ਹੈ। ਇਹ ਜਿਹੜਾ ਜਿਹਨੇ ਗੋਲੀ ਚਲਾਈ ਆ ਇਹ ਇੱਕ ਧਾਰਮਿਕ ਪ੍ਰਵਿਰਤੀ ਦਾ ਇਨਸਾਨ ਆ ਜਿਹੜਾ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ 'ਚ ਆ ਕੇ ਮੱਥਾ ਟੇਕਦਾ ਹੈ। ਜਦੋਂ ਉਹਨੂੰ ਪਤਾ ਪਿਆ ਕਿ ਇਹ ਜਨਾਨੀ ਜਿਹੜੀ ਸੰਗਤਾਂ ਮੈਨੇਜਰ ਦੇ ਕਮਰੇ ਕੋਲੇ ਲੈ ਕੇ ਇਹਨੂੰ ਜਦੋਂ ਪਹੁੰਚੀਆਂ ਜਨਾਨੀ ਨੂੰ ਅਤੇ ਉੱਥੇ ਉਹਨੂੰ ਵੀ ਨਿਰਮਲਜੀਤ ਸਿੰਘ ਨੂੰ ਵੀ ਪਤਾ ਪਿਆ ਕਿ ਇਹ ਸਰੋਵਰ ਸਾਹਿਬ ਦੇ ਕੋਲੇ ਬਹਿ ਕੇ ਸ਼ਰਾਬ ਦਾ ਸੇਵਨ ਕਰ ਰਹੀ ਸੀ ਅਤੇ ਉਹਨੇ ਤੈਸ਼ 'ਚ ਆ ਕੇ ਉਹਦੀ ਭਾਵਨਾ ਜਿਹੜੀ ਆ ਉਹ ਤੈਸ਼ 'ਚ ਗੁੱਸੇ 'ਚ ਆ ਗਿਆ ਕਿ ਦੇਖੋ ਇੰਨੀ ਧਾਰਮਿਕ ਥਾਂ 'ਤੇ ਇੰਨੀ ਮਤਲਬ ਜਿੱਥੇ ਇੰਨੇ ਸੈਂਕੜੇ ਲੋਕ ਮੱਥਾ ਟੇਕਣ ਆਉਂਦੇ ਆ ਉੱਥੇ ਜਨਾਨੀ ਸ਼ਰਾਬ ਪੀ ਰਹੀ ਸੀ। ਉਸ ਗੁੱਸੇ 'ਚ ਆ ਕੇ ਇਹਨੇ ਗੋਲੀਆਂ ਜਿਹੜੀਆਂ ਨੇ ਚਲਾ ਕੇ ਉਹ ਜਨਾਨੀ ਦਾ ਕਤਲ ਕੋਈ ਆਪਸੀ ਜਾਣ ਪਛਾਣ ਨਹੀਂ ਇਹਨਾਂ ਦੀ ਜੀ, ਕੋਈ ਇਹਨਾਂ ਦਾ ਆਪਸੀ ਲਿੰਕ ਦੀ ਸੰਗਤਾਂ ਸੈਂਕੜਾ ਸੰਗਤਾਂ ਆ ਕੇ ਜਿੱਥੇ ਮੱਥਾ ਟੇਕਦੀਆਂ ਨੇ ਉੱਥੇ ਇਹਨੇ ਸ਼ਰਾਬ ਦਾ ਸੇਵਨ ਕੀਤਾ। ਉਸੇ ਗੁੱਸੇ 'ਚ ਆ ਕੇ ਇਸ ਇਨਸਾਨ ਨੇ ਗੋਲੀਆਂ ਜਿਹੜੀਆਂ ਨੇ ਚਲਾਈਆਂ ਤੇ ਇਹਦਾ ਰਿਵੋਲਵਰ ਜਿਹੜਾ ਆ ਉਹ ਵੀ ਲਾਇਸੈਂਸੀ ਰਿਵੋਲਵਰ ਹੈਗਾ। ਦੇਖੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਜਿਹੜੀ ਅਸੀਂ ਕੀਤੀ ਆ ਕੈਮਰੇ ਸਾਰੇ ਲੱਗੇ ਹੋਏ ਆ। ਇਹ ਜਨਾਨੀ ਕੱਲ ਜ਼ੀਰਕਪੁਰ ਤੋਂ ਬੱਸ 'ਚ ਬਹਿ ਕੇ ਆਪਣਾ ਇੱਥੇ ਆਈ ਸੀ ਤੇ ਇਹ ਕੱਲੀ ਹੀ ਗੁਰਦੁਆਰਾ ਸਾਹਿਬ 'ਚ ਉੱਥੇ ਆਈ ਸੀ। ਸਰ ਪੁਲਿਸ ਪਹੁੰਚੀ ਸੀਗੀ ਜੀ ਮੌਕੇ ਤੇ, ਇਹਨਾਂ ਆਰਗੂਮੈਂਟ ਵੀ ਹੋਇਆ ਸੀ ਕਾਫੀ ਵੱਖਰਾ ਹੈਗਾ ਸਰੋਵਰ ਸਾਹਿਬ ਤੋਂ ਲੈ ਕੇ ਜਿਹੜਾ ਮੈਨੇਜਰ ਸਾਹਿਬ ਦੇ ਰੂਮ ਤੱਕ ਦਾ ਵੀ।
ਦੇਖੋ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਕਿ ਸਰੋਵਰ ਸਾਹਿਬ ਤੋਂ ਲੈ ਕੇ ਮੈਨੇਜਰ ਸਾਹਿਬ ਦੇ ਜਿਹੜੇ ਕਮਰੇ ਤਾਂ ਜਿਹੜੇ ਸ਼ਰਧਾਲੂ ਸੀਗੇ ਉਹੀ ਉੱਥੇ ਉਹਨੂੰ ਲੈ ਕੇ ਜਨਾਨੀ ਨੂੰ ਲੈ ਕੇ ਜਾ ਰਹੇ ਸੀ ਪਰ ਕਿਉਂਕਿ ਇੰਨੀ ਜ਼ਰੂਰੀ ਤੇ ਇੰਨੀ ਇੰਪੋਰਟੈਂਟ ਸਾਡਾ ਪੁਆਇੰਟ ਬਣਦਾ ਆ ਇਸ ਕਰਕੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਮੇਨ ਐਂਟਰੈਂਸ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ 24 ਘੰਟੇ ਜਿਹੜੀ ਟਵੈਰਾ PCR ਹੈਗੀ ਆ ਤੇ ਉਹਦੇ ਚ 4 ਮੁਲਾਜ਼ਮ ਜਿਹੜੇ ਆ ਉਹ ਰਾਊਂਡ ਦਾ ਕਲੌਕ 24 ਘੰਟੇ ਉੱਥੇ ਹਾਜ਼ਰ ਹੁੰਦੇ ਆ ਤੇ ਪਟਿਆਲਾ ਪੁਲਿਸ ਦਾ ਇੱਕ ਵੱਡਾ ਨਾਕਾ ਜਿਹਦੇ ਚ ਪੈਰਾਮਿਲਟਰੀ ਕੰਪੋਨੈਂਟ ਵੀ ਹੈਗਾ ਆ ਉਹ ਨਾਕਾ ਵੀ ਉੱਥੇ ਲੱਗਦਾ ਆ ਪਰ ਧਾਰਮਿਕ ਆਸਥਾ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਅਸੀਂ ਆਊਟਰ ਡਿਪਲੋਇਮੈਂਟ ਹੈਗੀ ਆ ਉਹ ਕਵਰ ਕਰਦੇ ਆ ਅੰਦਰ ਜਿਹੜਾ ਹੈਗਾ ਆ ਅੰਦਰ ਜਿਹੜਾ ਆਪਰੇਸ਼ਨਲ ਕੰਟਰੋਲ ਆ ਉਹ ਆਪਣੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਮਾਮਲਾ ਦਰਜਾ ਅੰਡਰ ਸੈਕਸ਼ਨ 302 ਮੁਕਦਮਾ ਦਰਜਾ ਦੋਸ਼ੀ ਅਰੈਸਟਡ ਆ ਤੇ ਜਿਹੜਾ ਉਹਨੇ ਵਾਰਦਾਤ ਲਈ ਰਿਵਾਲਵਰ ਯੂਜ਼ ਕੀਤਾ ਸੀ ਉਹ ਵੀ ਰਿਕਵਰ ਹੋ ਗਿਆ ਉਹ ਅਸੀਂ ਸਾਰਾ ਇਨਵੈਸਟੀਗੇਟ ਕਰ ਰਹੇ ਹਾਂ ਥੈਂਕ ਯੂ ਸੋ ਮਚ